ਜਿਹੜੀ ਮੈਂ ਰਾਤ ਸ਼ਾਰਟ ਵੀਡੀਓ ਪਾਈ ਸੀ ਨਾ ਤੁਸੀਂ ਦੇਖੀ ਯਾਰ, ਉੱਤੇ ਉਹਨਾਂ ਦੇ ਵਿੱਚੋਂ ਬਾਈ ਮੇਰੇ ਹੱਥ ਦੇ ਵਿੱਚ ਸੀਗੇ 3 ਕਬੂਤਰਾਂ ਦੇ ਬੱਚੇ। ਇੱਕ ਕਬੂਤਰਾਂ ਦਾ ਬੱਚਾ ਤਾਂ ਯਾਰ ਛਤਰੀ 'ਤੇ ਬਹਿ ਗਿਆ ਸੀ ਅਤੇ 2 ਆਪਣੇ ਕਬੂਤਰਾਂ ਦੇ ਬੱਚੇ ਉੱਡ ਗਏ ਸੀ ਬਾਈ। ਆਪਣੇ 2 ਕਬੂਤਰਾਂ ਦੇ ਬੱਚੇ ਯਾਰ ਮੈਨੂੰ ਬਹੁਤ ਥੋੜ੍ਹਾ ਥੋੜ੍ਹਾ ਦਿਖਦੇ ਆ, ਇੰਨੇ ਇੰਨੇ ਬਹੁਤ ਜ਼ਿਆਦਾ ਉੱਚਾਈਆਂ 'ਤੇ ਚਲੇ ਗਏ। ਅਤੇ ਮੈਂ ਕਿਹਾ ਵੀ ਇਹ ਜੋ ਗੱਲ ਆ ਨਾ ਮੈਨੂੰ ਆਪਦੇ ਸਬਸਕ੍ਰਾਈਬਰਾਂ ਨਾਲ ਵੀ ਬਾਈ ਸ਼ੇਅਰ ਕਰਨੀ ਬਣਦੀ ਆ, ਅਤੇ ਬਸ ਹੁਣ ਮੈਨੂੰ ਇਹ ਆ ਵੀ ਆਪਣੇ ਉਹ ਕਬੂਤਰਾਂ ਦੇ ਬੱਚੇ ਥੱਲੇ ਆ ਜਾਣ। ਯਾਰ ਤਾਂ ਬਾਈ ਬੱਦਲਾਂ ਦੇ ਵਿੱਚ ਚਲੇ ਗਏ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ। ਇਹ ਸੀਗਾ ਵੀ ਸ਼ਾਇਦ ਕੀ ਪਤਾ ਇਹ ਵੀ ਛਤਰੀ 'ਤੇ ਬੈਠ ਜਾਣਗੇ, ਪਰ ਨਹੀਂ ਬੈਠੇ, ਉੱਡ ਗਏ। ਅਤੇ ਚਲੋ ਆਪਾਂ ਨੂੰ ਇਹ ਵੀ ਪਤਾ ਲੱਗ ਗਿਆ ਬਹੁਤ ਬਹੁਤ ਜ਼ਿਆਦਾ ਉੱਡਦੇ ਆ। ਮੈਂ ਤੁਹਾਨੂੰ ਦਿਖਾਉਂਦਾ ਇੱਕ ਵਾਰ, ਇੱਕ ਮਿੰਟ ਯਾਰ, ਇੱਕ ਮਿੰਟ ਕਿੱਥੇ ਚੱਲੇ ਗਏ ਕਿੱਥੇ। ਸਵਾਗਤ ਬਾਈ ਤੁਹਾਡਾ ਯਾਰ ਨਵੇਂ ਨਵੇਂ ਬਲੌਗ ਦੇ ਵਿੱਚ। ਮੈਨੂੰ ਯਾਰ 5-6 ਮਿੰਟ ਹੋ ਚੁੱਕੇ ਆ, ਮੈਂ ਐਵੇਂ ਦੇਖਦਾ ਅਤੇ ਮੈਨੂੰ ਆਪਣੇ ਉਹ ਕਬੂਤਰਾਂ ਦੇ ਬੱਚੇ ਕਿਤੇ ਵੀ ਨਹੀਂ ਦਿਖੇ। ਅਤੇ ਜਦੋਂ ਆਪਾਂ ਆਪਣੇ ਲੱਕੇ ਕਬੂਤਰਾਂ ਨੂੰ ਬਾਹਰ ਕੱਢਾਂਗੇ ਨਾ ਫਿਰ ਨੀਵੇਂ ਹੋ ਜਾਣਗੇ, ਫਿਰ ਮੈਂ ਤੁਹਾਨੂੰ ਦਿਖਾ ਸਕਦਾ। ਪਹਿਲਾਂ ਯਾਰ ਮੈਨੂੰ ਲਾ ਦਿਓ ਮੈਂ ਇੱਕ ਮਿੰਟ, ਇਹਨੂੰ ਰੱਖ ਦਿੰਦੇ ਆਪਾਂ ਇੱਥੇ ਯਾਰ। ਆ ਜਾਓ ਵੀ ਲੱਕੇ ਕਬੂਤਰਾਂ, ਆਜੋ 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 ਆਜੋ, ਵੈਰੀ ਗੁੱਡ। ਓਏ ਹੋਏ, ਮੇਰੇ ਤੋਂ ਯਾਰ ਇੱਕ ਗਲਤੀ ਹੋ ਗਈ, ਅਤੇ ਜੋ ਛਤਰੀ 'ਤੇ ਕਬੂਤਰ ਆਪਣੇ ਬੰਨੇ ਹੋਏ ਸੀ ਨਾ, ਕਿਉਂਕਿ ਬਾਈ ਉਹ ਵੀ ਆਪਾਂ ਯਾਰ ਛਤਰੀ 'ਤੇ ਪੱਕੇ ਕਰਨੇ ਆ, ਅਤੇ ਲੱਠਾ ਕਬੂਤਰ ਉਹ ਬੱਚਿਆਂ ਨੂੰ ਨਾ ਤੰਗ ਕਰੂਗਾ। ਪਹਿਲਾਂ ਆਪਾਂ ਨੂੰ ਛਤਰੀ ਵਾਲੇ ਕਬੂਤਰ ਅੰਦਰ ਕਰ ਦੇਣੇ ਚਾਹੀਦੇ ਸੀ। ਉਹ ਦੇਖੋ ਯਾਰ, ਕਰਨ ਲੱਗ ਗਿਆ ਨਾ ਜਾ ਕੇ ਤੰਗ। ਇੱਕ ਮਿੰਟ, ਮੈਂ ਹੁਣ ਤੁਹਾਨੂੰ ਦਿਖਾਉਣਾ। ਪਹਿਲਾਂ ਤਾਂ ਯਾਰ ਮੇਰੀ ਕੁਛ ਇਹ ਸਲਾਹ ਬਣੀ ਸੀ ਵੀ ਮੈਂ ਆਸਤਬਾਜ਼ੀਆਂ ਲੈ ਕੇ ਆਉਣਾ, ਜੇ ਮੈਨੂੰ ਕਿਤੇ ਵੀ ਬਾਜ਼ ਦਿਖਿਆ ਨਾ ਫਿਰ ਮੈਂ ਥੱਲੇ ਤੋਂ ਬਾਈ ਆਸਤਬਾਜ਼ੀ ਚਲਾ ਦੂੰਗਾ। ਜਦੋਂ ਉੱਪਰ ਜਾ ਟੱਕ ਦੇਣੇ ਉਹਨੇ ਕਰਨਾ ਸੀ ਨਾ, ਅਤੇ ਜੋ ਬਾਈ ਬਾਜ਼ ਨੇ ਭੱਜ ਜਾਣਾ ਸੀ। ਹੁਣ ਮੈਂ ਤੁਹਾਨੂੰ ਦਿਖਾਉਣਾ ਆਪਣੇ ਕਬੂਤਰਾਂ ਦੇ ਬੱਚੇ। ਬਈ ਆ ਜਾਓ, ਨੀਵਾਂ ਹੋ ਜਾਓ, ਕਿੱਥੇ ਹੋ ਯਾਰ? ਓਏ ਓਏ ਓਏ, ਬਹਿ ਜਾਓ ਬਹਿ ਜਾਓ ਬਹਿ ਜਾਓ। ਚਲੋ ਇਹ ਤਾਂ ਵਧੀਆ, ਥੋੜ੍ਹੀ ਬਹੁਤੀ ਹਿੱਲ ਜੁਲ ਕਰਨਗੇ, ਅਤੇ ਬਾਈ ਆਪਣੇ ਉੱਪਰਲੇ ਕਬੂਤਰਾਂ ਨੂੰ ਦਿਖਣਗੇ ਨਾ ਨੀਵੇਂ ਹੋ ਜਾਣਗੇ। ਇੱਕ ਮੈਨੂੰ ਤਾਂ ਦਿਖ ਜਾਣਾ ਨਾ, ਫਿਰ ਤੁਹਾਨੂੰ ਤਾਂ ਮੈਂ ਬਾਅਦ ਵਿੱਚ ਵੀ ਦਿਖਾ ਦੂੰਗਾ, ਮੈਨੂੰ ਵੀ ਨਹੀਂ ਦਿਖਦੇ ਯਾਰ ਕਿਤੇ। ਥੋੜ੍ਹੀ ਥੋੜ੍ਹੀ ਹਵਾ ਚੱਲਦੀ ਆ ਯਾਰ, ਬਸ ਮੈਨੂੰ ਇਹ ਡਰ ਆ ਵੀ ਇੱਧਰ ਉੱਧਰ ਨੂੰ ਕਿਸੇ ਪਾਸੇ ਨੂੰ ਚਲੇ ਨਾ ਜਾਣ। ਯਾਰ ਇੱਧਰ ਇੱਕ ਗੱਬਰ ਦੀ ਮਾਂ ਬੋਲੀ ਜਾਂਦੀ ਆ, ਗੱਬਰ ਦੀ ਮਾਂ ਨੂੰ ਪਤਾ ਨਹੀਂ ਕੀ ਹੋ ਗਿਆ। ਹਾਂ ਬਈ, ਹਲੇ ਤੇਰਾ ਉੱਧਰ ਜਾਣ ਦਾ ਟਾਈਮ ਨਹੀਂ ਹੋਇਆ, ਹਲੇ ਤੂੰ ਬੈਠੀ ਰਹਿ ਇੱਥੇ, ਇੰਨੀ ਪਿਆਰੀ ਧੁੱਪ ਆ, ਉੱਧਰ ਜਾ ਕੇ ਤੈਂ ਕੀ ਕਰਨਾ? ਤੇਰਾ ਬੱਚਾ ਬਿਲਕੁਲ ਠੀਕ ਆ, ਜਿੰਨੀ ਕੇਅਰ ਤੇਰੀ ਹੁੰਦੀ ਆ ਉਨੀ ਉਹ ਤੇਰੇ ਬੱਚੇ ਦੀ ਹੁੰਦੀ ਆ। ਉਹਨੂੰ ਦੱਸਦਾ ਹੁਣ ਟੈਨਸ਼ਨ ਨਹੀਂ ਲਊਗੀ ਆਪਦੇ ਬੱਚੇ ਦੀ। ਯਾਰ ਹੁਣ ਟੈਨਸ਼ਨ ਤਾਂ ਆਪਾਂ ਨੂੰ ਆ ਨਾ ਕਬੂਤਰਾਂ ਦੇ ਬੱਚਿਆਂ ਦੀ, ਨਹੀਂ ਦੇਖਦੇ ਯਾਰ। ਇੱਕ ਮਿੰਟ ਯਾਰ, ਮੈਂ ਫਿਰ ਦੁਬਾਰਾ ਉਹਨਾਂ ਨੂੰ ਐਵੇਂ ਚੰਗੀ ਤਰ੍ਹਾਂ ਦੇਖਦਾ, ਜੇ ਫਿਰ ਮੈਨੂੰ ਦੇਖੇ ਨਾ ਉਸ ਤੋਂ ਬਾਅਦ ਫਿਰ ਮੈਂ ਕੈਮਰਾ ਔਨ ਕਰਦਾ। ਯਾਰ ਸ਼ੁਕਰਾ ਸ਼ੁਕਰਾ ਨੀਵੇਂ ਹੋ ਗਏ, ਇੱਕ ਤਾਂ ਦੇਖ ਗਿਆ, ਉਹ ਦੇਖੋ ਜਾਂਦਾ, ਇੱਕ ਦੇਖ ਗਿਆ ਨਾ, ਅਤੇ ਦੂਜਾ ਵੀ ਯਾਰ ਇਹਦੇ ਨਾਲੇ ਉੱਡਦਾ ਸੀ ਪਰ ਉਹ ਨਹੀਂ ਦੇਖਦਾ। ਦੂਜਾ ਕਿੱਥੇ ਚਲਿਆ ਗਿਆ? ਦੂਜਾ ਯਾਰ ਆਪਦੇ ਨਾਲ ਦੇ ਨੂੰ ਵੀ ਲੈ ਕੇ ਆ ਬਈ, ਤੂੰ ਇਕੱਲੇ ਹੀ ਉੱਡੀ ਜਾਂਦਾ ਇੱਥੇ, ਤੇਰੇ ਨਾਲ ਦਾ ਕਿੱਥੇ ਆ? ਆਹ ਦੇਖੋ, ਆਹ ਆ ਗਿਆ, ਇੱਕ ਤਾਂ ਆ ਗਿਆ ਯਾਰ, ਆਹ ਦੇਖੋ। ਇਹਨੇ ਮੈਨੂੰ ਲੱਗਦਾ ਆਪਣੇ ਬਾਈ ਛੱਤ ਵਾਲੇ ਸਾਰੇ ਲੱਕੇ ਕਬੂਤਰਾਂ ਨੂੰ ਦੇਖਿਆ ਹੋਊਗਾ, ਤਾਂ ਨੀਵਾਂ ਹੋਇਆ ਹੋਊਗਾ ਹਲੇ ਤਾਂ। ਜੇ ਇਹਨਾਂ ਨੂੰ ਆਪਾਂ ਉਡਾਉਂਦੇ ਨਾ ਕਾਫੀ ਟਾਈਮ ਇਹਨਾਂ ਨੇ ਉੱਡੀ ਜਾਣਾ ਸੀ ਯਾਰ। ਆਹ ਦੇਖੋ ਇਹਦੇ ਨਾਲ ਦਾ ਪਰ ਇੱਕ ਨਹੀਂ ਪਤਾ ਕਿੱਥੇ ਆ ਯਾਰ। ਹੁਣ ਯਾਰ ਮੈਨੂੰ ਦੂਜਾ ਬਸ ਕਬੂਤਰਾਂ ਦਾ ਬੱਚਾ ਦਿਖ ਜੇ, ਫਿਰ ਜੋ ਮੇਰੇ ਦਿਮਾਗ 'ਤੇ ਨਾ ਹੋਰੇ ਕੁਛ ਖਿਆਲ ਚੱਲ ਰਿਹਾ ਆ ਵੀ ਬਾਜ਼ ਲੈ ਗਿਆ ਹੋਊਗਾ, ਇੱਧਰ ਉੱਧਰ ਚੱਲਿਆ ਗਿਆ ਹੋਊਗਾ ਨਾ, ਫਿਰ ਉਹ ਮੇਰੀ ਯਾਰ ਟੈਨਸ਼ਨ ਬਾਈ ਬਿਲਕੁਲ ਖਤਮ ਹੋ ਜੂਗੀ। ਬਸ ਫਿਰ ਥੱਲੇ ਆਉਣਗੇ ਉਹਨਾਂ ਨੂੰ ਬਾਈ ਅੰਦਰ ਕਰਾਂਗੇ ਔਰ ਦਾਣਾ ਪਾਵਾਂਗੇ, ਫਿਰ ਉਸ ਤੋਂ ਬਾਅਦ ਆਪਾਂ ਥੱਲੇ ਪਰਿੰਦਿਆਂ ਕੋਲ ਜਾਵਾਂਗੇ ਯਾਰ। ਇਹ ਤਾਂ ਦੇਖੋ ਕਿੰਨਾ ਨੀਵਾਂ ਹੋ ਚੁੱਕਿਆ, ਆਹ ਦੇਖੋ ਇਹਨੇ ਤਾਂ ਸਿਰਫ ਹੁਣ 2-3 ਮਿੰਟ ਦੇ ਵਿੱਚ ਬੈਠ ਜਾਣਾ। ਦੂਜਾ ਦਿਖ ਜੇ ਯਾਰ ਬਸ ਹੁਣ ਇੱਕ ਵਾਰ ਮੈਨੂੰ, ਆਹ ਦੇਖੋ ਕਿੰਨਾ ਨੀਵਾਂ ਹੋ ਗਿਆ ਬਾਈ, ਆ ਗਿਆ।
ਇਹ ਆ ਗਿਆ, ਇਹ ਇਹ ਬੈਠੂਗਾ ਬੈਠੂਗਾ, ਇਹਨੇ ਐਵੇਂ ਆ ਕੇ ਬਹਿਣਾ। ਆਹ ਦੇਖੋ ਆਹ ਦੇਖੋ ਆਹ ਦੇਖੋ, ਹੁਣ ਜਿਵੇਂ ਸਪੀਡ ਨਾਲ ਆਇਆ ਸੀ ਨਾ, ਫਿਰ ਇੱਕ ਲੱਤ ਨਾ ਛਤਰੀ ਕੋ ਆ ਕੇ ਰੁਕ ਜਾਂਦਾ ਔਰ ਫਿਰ ਬੈਠ ਜਾਂਦਾ ਯਾਰ। ਆ ਗਿਆ ਬੈਠੂਗਾ ਤਾਂ ਨਾ ਛਤਰੀ 'ਤੇ ਬੈਠੂਗਾ, ਇੰਨਾ ਕੁ ਮੈਨੂੰ ਪਤਾ। ਆ ਗਿਆ ਆ ਗਿਆ ਆ ਗਿਆ ਆ ਗਿਆ, ਤੁਹਾਡੇ ਨਾਲ ਗੱਲ ਕਰ ਰਿਹਾ ਅਤੇ ਧਿਆਨ ਮੇਰਾ ਇਹ ਕਬੂਤਰ ਦੇ ਵਿੱਚ ਨਹੀਂ ਹੈਗਾ, ਧਿਆਨ ਮੇਰਾ ਯਾਰ ਉਹ ਕਬੂਤਰ ਦੇ ਵਿੱਚ ਆ। ਆ ਗਿਆ, ਓਏ ਹੋਏ, ਆਹ ਦੇਖੋ ਬਹਿ ਗਿਆ ਨਾ ਛਤਰੀ 'ਤੇ। ਮੈਂ ਤੁਹਾਨੂੰ ਕਿਹਾ ਸੀ ਨਾ ਵੀ ਐਵੇਂ ਰੁਕ ਕੇ ਫਿਰ ਛਤਰੀ 'ਤੇ ਬਹਿੰਦਾ, ਯਾਰ ਮੇਰਾ ਧਿਆਨ ਦੂਜੇ ਕਬੂਤਰ ਦੇ ਵਿੱਚ ਸੀਗਾ, ਮੈਂ ਤੁਹਾਨੂੰ ਚੰਗੀ ਤਰ੍ਹਾਂ ਨਾ ਦੂਰ ਤੋਂ ਆਉਂਦਾ ਨਹੀਂ ਦਿਖਾ ਸਕਿਆ, ਸੋਰੀ ਯਾਰ। ਕੋਈ ਨਾ ਅਗਲੀ ਵਾਰ ਜਦੋਂ ਇਹਨੂੰ ਆਪਾਂ ਉਡਾਵਾਂਗੇ ਨਾ ਫਿਰ ਮੈਂ ਤੁਹਾਨੂੰ ਦੂਰ ਤੋਂ ਆਉਂਦਾ ਦਿਖਾਊਂਗਾ, ਐਵੇਂ ਆ ਕੇ ਨਾ ਕੋਲ ਆ ਕੇ ਸਲੋ ਹੋ ਕੇ ਫਿਰ ਬੈਠ ਜਾਂਦਾ। ਹੁਣ ਮੈਂ ਸਾਰੇ ਯਾਰ ਲੱਕੇ ਕਬੂਤਰਾਂ ਨੂੰ ਅੰਦਰ ਕਰਦਾ, ਇੱਥੇ ਤਾਂ ਥੋੜ੍ਹੇ ਜਿਹੇ ਰਹਿ ਗਏ, ਬਾਕੀ ਮੈਨੂੰ ਲੱਗਦਾ ਸ਼ਾਇਦ ਅੰਦਰੇ ਹੋਣਗੇ। ਇੱਕ ਮਿੰਟ ਬਈ, ਹਾਂ ਯਾਰ ਬਾਕੀ ਦੇ ਤਕਰੀਬਨ ਅੰਦਰੇ ਨੇ। ਤਾਂ ਲੱਕੇ ਸਾਰੇ ਮੈਂ ਕਬੂਤਰਾਂ ਨੂੰ ਅੰਦਰ ਕਰਤਾ, ਅਤੇ ਹੁਣ ਜੋ ਆਪਣਾ ਕਬੂਤਰ ਉੱਡ ਕੇ ਆਇਆ ਨਾ ਅਤੇ ਮੈਂ ਗੇਟ ਖੋਲਦਾ ਉਹਨੂੰ ਅੰਦਰ ਕਰਦਾ, ਅਤੇ ਆਹ ਖੋਲਤਾ ਮੈਂ ਗੇਟ। ਤੁਸੀਂ ਨਾ ਬਾਈ ਬਾਹਰ ਆਇਓ, ਠੀਕ ਆ, ਹੁਣ ਤੁਹਾਡੀ ਟ੍ਰੇ ਅੰਦਰ ਪਈ ਆ, ਤੁਸੀਂ ਆਰਾਮ ਨਾਲ ਦਾਣਾ ਖਾਈ ਜਾਓ। ਉਹ ਯਾਰ ਲੱਕੀ ਕਬੂਤਰੀ ਬਾਹਰ ਨਿਕਲ ਕੇ ਆ, ਹੋ ਗਈ ਸਿੱਧਾ ਥੱਲੇ ਯਾਰ ਡਾਇਰੈਕਟ। ਆ ਜਾ ਆ ਜਾ ਉੱਪਰ ਆ ਜਾ, ਆਹ 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 ਆ ਗਈ ਆ ਗਈ ਆ ਗਈ ਆ ਗਈ। ਇਹ ਤਾਂ ਚਲੋ ਵਧੀਆ ਹੋ ਗਿਆ, ਆਪਦੇ ਆਪੇ ਆ ਗਈ ਯਾਰ। ਮੈਂ ਉੱਥੇ ਜਾਵਾਂ ਯਾਰ, ਕੀ ਪਤਾ ਫਿਰ ਉੱਥੋਂ ਨਾ ਸਿੱਧਾ ਇੱਧਰ ਨੂੰ ਚਲੇ ਜਾਵੇ। ਚੱਲ ਚਲੋ ਤੁਸੀਂ ਅੰਦਰ ਚਲੋ ਪਹਿਲਾਂ। ਹਾਂ ਹੁਣ ਮੈਂ ਇੱਥੇ ਕੁ ਖੜਦਾ, ਇਹ ਵੀ ਹੈ ਨਾ ਉੱਡ ਨਾ ਜਾਵੇ ਯਾਰ ਇੱਥੋਂ। ਚੱਲ ਅੰਦਰ ਚੱਲ ਅੰਦਰ ਚੱਲ ਅੰਦਰ ਚੱਲ ਅੰਦਰ। ਨਹੀਂ ਯਾਰ ਜੀ, ਇਹਨੂੰ ਆਪਾਂ ਜ਼ਿਆਦਾ ਅੰਦਰ ਕਰਨ ਦੀ ਕੋਸ਼ਿਸ਼ ਕਰਾਂਗੇ ਨਾ ਫਿਰ ਇਹਨੇ ਉੱਡ ਜਾਣਾ ਯਾਰ। ਆ ਜਾ ਆਪਦੇ ਆਪ ਆ ਜਾਵੇ ਨਾ ਤਾਂ ਸਭ ਤੋਂ ਵਧੀਆ ਹੋ ਜੂਗਾ, ਅਤੇ ਆਪਾਂ ਇਹ ਲੱਕੀ ਕਬੂਤਰੀ ਨੂੰ ਅੰਦਰ ਕਰ ਦਿੰਦੇ ਹਾਂ। ਚੱਲ ਜਲਦੀ ਚੱਲ 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 ਹਾਂ ਚੱਲ ਤੂੰ ਵੀ ਅੰਦਰ ਚੱਲ, ਇਹ ਵੀ ਬਹੁਤ ਉੱਡਦਾ ਬਾਈ ਕਬੂਤਰਾਂ ਦਾ ਬੱਚਾ। ਪਰ ਮੈਂ ਥੱਲੇ ਜਾਣ ਲੱਗਿਆ ਸੀ, ਇੱਕ ਆਪਣਾ ਇਹ ਕਬੂਤਰਾਂ ਦਾ ਬੱਚਾ ਨਾ ਇਹ ਵੀ ਖੁੱਲ੍ਹੇ ਹੀ ਬੈਠਾ ਸੀ ਛਤਰੀ 'ਤੇ, ਇਹ ਐਵੇਂ ਫਾਲਤੂ ਇਹ ਉੱਡ ਗਿਆ ਯਾਰ। ਆਹ ਦੇਖੋ ਆ ਗਿਆ ਬਾਈ, ਜੋ ਕਬੂਤਰਾਂ ਦਾ ਬੱਚਾ ਪਹਿਲਾਂ ਉੱਡ ਕੇ ਆਇਆ ਸੀ ਨਾ ਯਾਰ, ਹੁਣੇ ਥੱਲੇ ਆਉਣ ਦੀ ਕੋਸ਼ਿਸ਼ ਕਰਦਾ, ਇੱਥੋਂ ਮੁੜ ਕੇ ਨਾ ਫਿਰ ਦੁਬਾਰਾ ਜਾ ਕੇ ਛਤਰੀ 'ਤੇ ਬੈਠਿਆ। ਮੈਨੂੰ ਲੱਗਦਾ ਜੀ ਹੁਣ ਆਪਾਂ ਗੇਟ ਖੋਲ੍ਹਾਂਗੇ ਨਾ ਅੰਦਰ ਆ ਜੂਗਾ। ਆ ਜਾ ਤੇਰੇ ਲਈ ਗੇਟ ਖੋਲ੍ਹਿਆ ਸਪੈਸ਼ਲ, ਆ ਜਾ ਆ ਜਾ। ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ, ਤੁਹਾਨੂੰ ਕਿਹਾ ਨਹੀਂ ਸੀ ਮੈਂ, ਇਹ ਆ ਗਿਆ। ਹੁਣ ਮੈਂ ਤੁਹਾਨੂੰ ਫੜ ਕੇ ਦਿਖਾਉਣਾ ਯਾਰ, ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਉਣਾ ਐਵੇਂ। ਦੇਖੋ ਬਈ ਬਹੁਤ ਜ਼ਿਆਦਾ ਉੱਡਦਾ ਔਰ ਬਹੁਤ ਉੱਚਾ ਰਹਿ ਕੇ ਉੱਡਦਾ, ਬਹੁਤ ਜ਼ਿਆਦਾ ਚੁਸਤ ਵੀ ਆ ਯਾਰ। ਓਏ ਆ ਜਾ ਇੱਕ ਮਿੰਟ, ਇੱਕ ਮਿੰਟ, ਫੜ ਲਿਆ ਫੜ ਲਿਆ, ਸ਼ੁਕਰ। ਇਹ ਹੁਣ ਮੈਂ ਤੁਹਾਨੂੰ ਹੱਥ ਦੇ ਵਿੱਚ ਫੜ ਕੇ ਦਿਖਾਉਣਾ, ਆ ਦੇਖੋ ਇੱਧਰ ਨੂੰ ਆਪਦਾ ਮੂੰਹ ਕਰ ਬਾਈ, ਤੂੰ ਅੱਜ ਪਹਿਲੀ ਵਾਰ ਇੰਨਾ ਉੱਡਿਆ। ਆ ਦੇਖੋ ਯਾਰ, ਅਤੇ ਇੱਧਰੋਂ ਵੀ ਦੇਖੋ ਐਵੇਂ ਦਾ, ਬਹੁਤ ਚੰਗਾ ਬੱਚਾ ਬਾਈ, ਬਹੁਤ ਯਾਰ ਬਹੁਤ ਉੱਡਦਾ। ਦੇਖੋ ਇਹਦੇ ਨਾਲ ਦਾ ਨਾ ਦਿਖਾਵਾਂ ਮੈਂ ਤੁਹਾਨੂੰ, ਆਹ ਦੇਖੋ ਇਹਦੇ ਨਾਲ ਦਾ ਇਹ ਆ ਯਾਰ, ਅਤੇ ਇਹਨਾਂ ਦੀ ਮਾਂ ਬਾਈ ਇਹ ਆ, ਅਤੇ ਇਹਨਾਂ ਦਾ ਬਾਪ ਹੈਗਾ ਬਾਈ, ਜਿਨ੍ਹਾਂ ਦੇ ਆਪਣੇ ਕੋਲ ਛੋਟੇ ਛੋਟੇ ਬੱਚੇ ਨੇ ਨਾ ਜੋ ਇੱਥੇ ਬੈਠੇ ਹੁੰਦੇ ਆ, ਹੁਣ ਤਾਂ ਪਿੰਜਰੇ ਦੇ ਵਿੱਚ ਆਹ ਬੈਠਾ ਬਾਪ ਯਾਰ, ਹੁਣ ਤਾਂ ਪਿੰਜਰੇ ਦੇ ਵਿੱਚ ਬੈਠੇ ਧੁੱਪ ਨੂੰ ਯਾਰ ਸੇਕ ਰਹੇ ਆ ਬਾਈ। ਉਹਨਾਂ ਨਾਲ ਵੀ ਨਾ ਅੱਜ ਇੱਕ ਕਬੂਤਰਾਂ ਦਾ ਬੱਚਾ ਉਹਨਾਂ ਦੇ ਵਿੱਚੋਂ ਵੀ ਬਚ ਗਿਆ, ਅਤੇ ਇਹ ਕਬੂਤਰੀ ਨੇ ਨਾ ਅੱਜ ਉਹ ਕਬੂਤਰਾਂ ਦੇ ਬੱਚੇ ਨੂੰ ਮਾਰ ਦੇਣਾ ਸੀ ਯਾਰ, ਅਤੇ ਹੁਣ ਇਹਨੂੰ ਮੈਂ ਛੱਡਣ ਲੱਗਿਆ। ਉਹ ਮੈਂ ਤੁਹਾਨੂੰ ਕਹਿੰਦਾ ਸੀ ਨਾ ਮੈਂ ਥੱਲੇ ਜਾਣ ਲੱਗਿਆ ਸੀ, ਮੇਰੇ ਯਾਦ ਆ ਗਿਆ ਵੀ ਕਬੂਤਰਾਂ ਦੇ ਬੱਚੇ 'ਤੇ ਕਬੂਤਰੀ ਨੇ ਅਟੈਕ ਕਰਿਆ ਨਾ। ਆਹ ਦੇਖੋ ਯਾਰ, ਆਹ ਦੇਖੋ ਅਟੈਕ ਕਰੇ ਹੋਏ ਸਿਰ 'ਤੇ, ਆਹ ਦੇਖੋ। ਪਰ ਜ਼ਖਮ ਨਹੀਂ ਹੋਇਆ, ਇਕੱਲੇ ਇਹਦੇ ਵਿਚਾਰੇ ਦੇ ਨਾ ਖੰਭ ਲੈ ਗਏ, ਅਤੇ ਹੁਣ ਇੱਥੇ ਬੈਠਾ ਇਹਨੂੰ ਫਿਲਹਾਲ ਆਪਾਂ ਅੰਦਰੇ ਰੱਖ ਦਿੰਦੇ ਹਾਂ।
ਹੁਣ ਇਹਨਾਂ ਨੂੰ ਮੈਂ ਨਾ ਜਿੱਥੇ ਬਈ ਇਹ ਬੈਠੇ ਹੁੰਦੇ ਆ ਹੁਣ ਇਹਨਾਂ ਨੂੰ ਮੈਂ ਉੱਥੇ ਟੋਕਰੀ ਦੇ ਵਿੱਚ ਨਹੀਂ ਰੱਖਦਾ, ਹੁਣ ਇਹਨਾਂ ਨੂੰ ਮੈਂ ਹੋਰ ਥਾਂ ਤੇ ਰੱਖ ਦਿੰਦਾ, ਉੱਥੇ ਵੀ ਇਹਨਾਂ ਦੇ ਮਾਂ ਬਾਪ ਇਹਨਾਂ ਨੂੰ ਦਾਣਾ ਦਿੰਦੇ ਆ। ਆਹ ਦੇਖੋ ਪਹਿਲਾਂ ਤਾਂ ਇੱਥੇ ਬੈਠੇ ਹੁੰਦੇ ਸੀ ਨਾ, ਹੁਣ ਮੈਂ ਇਹਨਾਂ ਨੂੰ ਇੱਥੇ ਰੱਖ ਦਿੰਦਾ। ਜੋ ਇਹ ਥਾਂ ਨਾ ਇਹ ਟੋਕਰੀ ਹੈ ਥੋੜੀ ਜਿਹੀ ਥੱਲੇ ਨੂੰ ਆ ਯਾਰ, ਇਹਨਾਂ ਤੋਂ ਥੱਲੇ ਨਹੀਂ ਆਇਆ ਜਾਂਦਾ। ਕਬੂਤਰੀ ਜੇ ਬੱਚਾ ਥੱਲੇ ਗਿਰ ਗਿਆ ਨਾ, ਅੱਜ ਤੋਂ ਬਾਅਦ ਉਹ ਬੱਚੇ ਤੇ ਅਟੈਕ ਨਹੀਂ ਕਰਨਾ, ਸਮਝ ਗਈ? ਜੇ ਅੱਜ ਮੈਂ ਟਾਈਮ ਨਾਲ ਨਾ ਆਉਂਦਾ ਨਾ, ਤੂੰ ਬੱਚੇ ਨੂੰ ਮਾਰ ਦੇਣਾ ਸੀ। ਮੈਨੂੰ ਥੱਲੇ ਦਾ ਉੱਤਰ ਜਾਣ ਤੋਂ ਮੈਂ ਥੱਲੇ ਆਉਣ ਚੱਲ। ਹਾਂ ਤੇ ਹੁਣ ਮੈਂ ਤੁਹਾਨੂੰ ਇੱਧਰ ਲੈ ਯਾਰ, ਸਾਰੇ ਪਰਿੰਦੇ ਉੱਥੇ ਖੜ ਕੇ ਨਾ ਦਿਖਾ ਦਿੰਦਾ, ਫਿਰ ਤੁਹਾਨੂੰ ਚੰਗੀ ਤਰ੍ਹਾਂ ਦਿਖ ਜਾਣਗੇ ਪੂਰੇ ਬਾਈ ਠੀਕ ਨੇ। ਮੈਨੂੰ ਅੰਦਰ ਨਾ ਬਾਈ ਬੜੇ ਧਿਆਨ ਨਾਲ ਜਾਣਾ ਪੈਂਦਾ, ਕਿਉਂਕਿ ਜਿੰਨੇ ਟਾਈਮ ਨੂੰ ਮੈਂ ਅੰਦਰ ਜਾਣਾ ਉਨੇ ਟਾਈਮ ਨੂੰ ਇਹ ਆ ਜਾਂਦੇ ਆ। ਸ਼ੁਕਰ ਆ ਯਾਰ, ਤਾਂ ਬੱਚੇ ਵਾਲੀ ਮੁਰਗੀ ਥੱਲੇ ਬੈਠੀ ਆਰਾਮ ਨਾਲ, ਕਿਉਂਕਿ ਕਿਉਂ ਥੱਲੇ ਬੈਠੀ ਹੈ ਇਹ ਵੀ ਹੁਣ ਮੈਂ ਤੁਹਾਨੂੰ ਦੱਸ ਦੇਣਾ। ਇਹ ਮੁਰਗੀ ਦੇ ਥੱਲੇ ਆਪਾਂ ਕਿੰਨੇ ਅੰਡੇ ਰੱਖੇ ਸੀ ਬਾਈ, 10। ਇਹ ਤਾਂ ਆਪਣੇ ਨਾਲ ਜਦੋਂ ਮੈਂ ਪਹਿਲੀ ਵਾਰ ਦੇਖਿਆ ਨਾ, ਮੈਂ ਕਿਹਾ ਯਾਰ ਇਹ ਤਾਂ ਕ੍ਰਿਸ਼ਮਾ ਹੀ ਹੋ ਗਿਆ, ਪਰ ਫਿਰ ਮੇਰੇ ਗੱਲ ਦਿਮਾਗ ਦੇ ਵਿੱਚ ਆਈ ਵੀ ਆਪਣੇ ਨਾਲ ਇਹ ਕੁਛ ਹੋ ਗਿਆ। ਤੇ ਹੁਣ ਵੀ ਤੁਸੀਂ ਦੇਖੋ 10 ਦੇ 1 ਮਿੰਟ ਅੰਡੇ ਠੰਡੇ ਨੇ ਯਾਰ, ਮੁਰਗੀ ਇਹਦਾ ਮਤਲਬ ਕਾਫੀ ਟਾਈਮ ਤੋਂ ਬਾਈ ਇੱਥੇ ਬੈਠੀ ਆ, 10 ਦੇ 10 ਅੰਡੇ ਪੂਰੇ ਨੇ। ਇਹ ਮੁਰਗੀ ਇੱਥੇ ਕਿਉਂ ਬੈਠੀ ਆ? ਜਦੋਂ ਬਾਈ ਇਹ ਮੁਰਗੀ ਆਪਾਂ ਅੰਡਿਆਂ ਤੇ ਬਿਠਾਈ ਸੀ ਨਾ, ਤੁਹਾਨੂੰ ਪਤਾ ਯਾਰ ਬਹੁਤ ਮੁਸ਼ਕਲ ਨਾਲ ਬੈਠੀ ਸੀ, ਇੱਕ ਆਪਾਂ ਬਸ ਬਿਠਾਤੀ ਸੀ ਔਰ ਉਸ ਤੋਂ ਬਾਅਦ ਨਹੀਂ ਉੱਠੀ ਸੀ ਨਾ। ਜਦੋਂ ਇਹ ਅੰਡਿਆਂ ਦੇ ਉੱਪਰ ਬੈਠੀ ਸੀ ਨਾ, ਇਹਨੇ ਬਾਈ ਇੱਕ ਅੱਧ ਦਾ ਅੰਡਾ ਦਿੱਤਾ ਔਰ ਉਸ ਤੋਂ ਬਾਅਦ ਬਹਿ ਗਈ, ਫਿਰ ਉਸ ਤੋਂ ਬਾਅਦ ਦੁਬਾਰਾ ਨਹੀਂ ਉੱਠੀ ਯਾਰ। ਜੋ ਬਾਈ ਟਰਕੀਆਂ ਦੇ ਅੰਡੇ ਹੁੰਦੇ ਆ ਨਾ, ਉਹਨਾਂ ਦੇ ਵਿੱਚੋਂ ਤਾਂ ਯਾਰ ਜੋ ਬੱਚਾ ਬਾਹਰ ਆਉਂਦਾ, ਸ਼ਾਇਦ ਮੈਨੂੰ ਲੱਗਦਾ 30-32 ਦਿਨ ਦਾ ਜਦੋਂ ਪੂਰਾ ਹੋ ਜਾਂਦਾ ਨਾ ਟਾਈਮ, ਉਦੋਂ ਬੱਚਾ ਬਾਹਰ ਆਉਂਦਾ। ਤੇ ਜੋ ਬਾਈ ਮੁਰਗੀ ਦਾ ਅੰਡਾ ਹੁੰਦਾ ਉਹਦੇ ਵਿੱਚੋਂ ਜਦੋਂ 21-22 ਦਿਨ ਦਾ ਹੋ ਜਾਂਦਾ ਨਾ ਟਾਈਮ, ਉਦੋਂ ਬਾਈ ਬੱਚਾ ਬਾਹਰ ਆਉਂਦਾ। ਇਹਦੇ ਅੰਡੇ ਦੇ ਵਿੱਚੋਂ ਬੱਚਾ ਬਾਹਰ ਆ ਗਿਆ ਤੇ ਉਹ ਬੱਚੇ ਨੂੰ ਨਾ ਆਰਾਮ ਨਾਲ ਯਾਰ ਥੱਲੇ ਨਹੀਂ ਬੈਠੀ ਆ। ਹੁਣ ਸ਼ਾਇਦ ਮੈਨੂੰ ਲੱਗਦਾ ਇਹਨੇ ਦੁਬਾਰ ਤੋਂ ਨਾ ਉਹ ਅੰਡਿਆਂ ਤੇ ਨਹੀਂ ਬੈਠਣਾ, ਤੇ ਮੈਂ ਅੱਜ ਦਾ ਦਿਨ ਦੇਖਦਾ ਜੇ ਮੁਰਗੀ ਫਿਰ ਵੀ ਥੱਲੇ ਆਊਗੀ ਨਾ, ਫਿਰ ਜੋ ਇਹਦਾ ਬੱਚਾ ਆਪਣੇ ਕੋਲ ਉਧਰ ਇਨਕੂਬੇਟਰ ਪਿਆ, ਆਪਾਂ ਉਹ ਬੱਚਾ ਚੱਕਾਂਗੇ ਔਰ ਬਾਈ ਜਾ ਕੇ ਇਨਕੂਬੇਟਰ ਵਿੱਚ ਰੱਖ ਦਾਂਗੇ। ਬੱਚਾ ਦਿਖਾ ਵੀ, ਇਹ ਆਹ ਦੇਖੋ ਬੱਚਾ ਯਾਰ ਆਰਾਮ ਨਾਲ ਨਾ ਉਹਨੂੰ ਲਈ ਬੈਠੀ ਆ। ਤੇ ਹੁਣ ਆਪਾਂ ਇਹ ਬੱਚੇ ਨੂੰ ਇਹ ਆ ਲਓ ਇੱਥੇ ਛੱਡਤਾ, ਆਜਾ ਓਏ 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 ਆ ਲਓ ਇਹਨੂੰ ਵੀ ਛੱਡਤਾ ਯਾਰ ਮੈਂ। ਜਦੋਂ ਮੈਂ ਪਹਿਲੇ ਦਿਨ ਦੇਖਿਆ ਨਾ, ਮੈਂ ਕਿਹਾ ਬਈ ਅੰਡੇ ਪੂਰੇ ਨੇ, ਬੱਚਾ ਕਿੱਥੋਂ ਬਾਹਰ ਆ ਗਿਆ? ਫਿਰ ਮੇਰੇ ਦਿਮਾਗ ਦੇ ਬਈ, ਕਿਉਂਕਿ ਫਿਰ ਜਦੋਂ ਆਪਾਂ ਇੱਕ ਵਾਰ ਅੰਡੇ ਰੱਖਦੇ ਸੀ ਨਾ, ਉਸ ਤੋਂ ਬਾਅਦ ਬਈ ਅੰਡਿਆਂ ਨੂੰ ਯਾਰ ਬਿਲਕੁਲ ਵੀ ਮੈਂ ਵੀ ਨਹੀਂ ਦੇਖਿਆ, ਨਾ ਆਪਾਂ ਅੰਡਿਆਂ ਦੀ ਕੈਂਡਲਿੰਗ ਕਰੀ ਆ। ਤੇ ਬਸ ਮੈਨੂੰ ਤਾਂ ਇਹ ਸੀਗਾ, ਕਿਉਂਕਿ ਜਦੋਂ ਪਿਛਲੀ ਵਾਰ ਆਪਾਂ ਇਹ ਮੁਰਗੀ ਅੰਡਿਆਂ ਦੇ ਉੱਪਰ ਬਿਠਾਈ ਸੀ ਨਾ, ਇਹਨੇ ਸਾਰੇ ਅੰਡਿਆਂ ਦੇ ਵਿੱਚੋਂ ਬੱਚੇ ਬਾਹਰ ਕੱਢੇ ਸੀ, ਹਲੇ ਤੱਕ ਵੀ ਬਈ ਮੈਂ ਕਿਸੇ ਅੰਡੇ ਦੀ ਯਾਰ ਕੈਂਡਲਿੰਗ ਨਹੀਂ ਕਰੀ। ਇਹ ਤਾਂ ਹੁਣ ਉਦੋਂ ਹੀ ਪਤਾ ਲੱਗੂਗਾ ਵੀ ਅੰਡਿਆਂ ਦੇ ਵਿੱਚੋਂ ਬੱਚੇ ਬਾਹਰ, ਮੁਰਗੀ ਹੈ ਨਾ ਆਰਾਮ ਨਾਲ ਬੈਠੀ ਰਹੇ ਬਸ ਇੰਨਾ ਹੀ ਬਹੁਤ ਆ। ਇਹ ਬੱਚੇ ਕਰਕੇ ਨਾ ਇਹ ਮੁਰਗੀ ਨੂੰ ਇਹ ਨਾ ਲੱਗੇ ਵੀ ਮੇਰਾ ਟਾਈਮ ਪੂਰਾ ਹੋ ਗਿਆ, ਜੋ ਮੇਰੇ ਥੱਲੇ ਅੰਡੇ ਪਏ ਨੇ ਖਰਾਬ ਨੇ ਨਾ। ਮੁਰਗੀ ਇਹ ਗੱਲ ਤਾਂ ਬਿਲਕੁਲ ਵੀ ਨਹੀਂ ਸੋਚਣੀ, ਠੀਕ ਆ? ਜੋ ਤੇਰੇ ਥੱਲੇ ਅੰਡੇ ਪਏ ਨੇ ਬਿਲਕੁਲ ਠੀਕ ਨੇ, ਜੇ ਨਾ ਬੈਠੀ ਨਾ ਫਿਰ ਮੈਂ ਜਾਲੀ ਬਾਈ ਇਹਦੇ ਅੱਗੇ ਲਾ ਦੂੰਗਾ, ਫਿਰ ਤੈਨੂੰ ਬੈਠਣਾ ਹੀ ਪਊਗਾ। ਇੱਕ ਵਾਰ ਹੁਣ ਆਪਾਂ ਬਾਹਰ ਜਾ ਕੇ ਨਾ, ਜੋ ਬਾਈ ਆਪਣਾ ਕਬੂਤਰਾਂ ਦਾ ਬੱਚਾ ਇੱਕ ਨਹੀਂ ਆਇਆ ਨਾ, ਉਹਨੂੰ ਧਿਆਨ ਨਾਲ ਦੇਖ ਲੈਂਦੇ ਹਾਂ। ਮੈਂ ਅਡਾਉਣ ਦੇ ਨਾ ਮੂਡ ਦੇ ਵਿੱਚ ਯਾਰ ਬਿਲਕੁਲ ਵੀ ਨਹੀਂ ਸੀਗਾ। ਹੁਣ ਵਿੱਚ ਕੁਛ ਮੈਨੂੰ ਇਹ ਵੀ ਕਮੈਂਟ ਆਉਣਗੇ ਬਾਈ ਤੈਨੂੰ ਨਹੀਂ ਅਡਾਉਣੇ ਚਾਹੀਦੇ ਸੀ, ਤੇ ਹਲੇ ਬਾਜ ਵੀ ਹੈ ਨਾ ਕਬੂਤਰਾਂ ਦੇ ਬੱਚਿਆਂ ਨੂੰ ਪੈ ਜਾਂਦਾ। ਮੈਨੂੰ ਵੀ ਪਤਾ ਯਾਰ ਕਬੂਤਰਾਂ ਦੇ ਬੱਚਿਆਂ ਨੂੰ ਬਾਜ ਪੈ ਜਾਂਦਾ, ਮੈਂ ਤਾਂ ਉੱਦਾਂ ਨੋਰਮਲ ਯਾਰ ਸਿਰਫ ਛਤਰੀ ਤੇ ਬਿਠਾਉਣ ਲੱਗਿਆ ਸੀ, ਕਿਉਂਕਿ ਉਹ ਬੱਚੇ ਨੂੰ ਵੀ ਨਾ ਆਪਾਂ 5-6 ਦਿਨ ਛਤਰੀ ਤੇ ਬੰਨ ਕੇ ਬਿਠਾਇਆ ਹੋਇਆ। ਫਿਰ ਮੈਨੂੰ ਇਹ ਸੀਗਾ ਵੀ ਸ਼ਾਇਦ ਖੁੱਲ੍ਹਾ ਵੀ ਬੈਠ ਜੂਗਾ, ਹੁਣ ਵੀ ਮੈਨੂੰ ਇੰਨਾ ਪਤਾ ਵੀ ਜੇ ਵਾਪਸ ਆ ਗਿਆ ਨਾ ਖੁੱਲ੍ਹਾ ਛਤਰੀ ਤੇ ਜ਼ਰੂਰ ਬੈਠੂਗਾ ਇੱਕ ਵਾਰ, ਬਸ ਵਾਪਸ ਆ ਜੇ ਯਾਰ। ਇੱਕ ਮਿੰਟ ਹੁਣ ਮੈਂ ਇੱਥੇ ਖੜ ਕੇ ਦੇਖਦਾ, ਨਹੀਂ ਵਾਪਸ ਆਇਆ ਬਈ, ਸ਼ਾਇਦ ਕੀ ਪਤਾ ਕੱਲ੍ਹ ਤੱਕ ਨਾ ਵਾਪਸ ਆ ਜਾਏ, ਕਿਉਂਕਿ ਇਹ ਤਾਂ ਜਦੋਂ ਚਲੇ ਜਾਂਦੇ ਆ ਨਾ ਦੂਜੇ ਬਾਈ ਤੀਜੇ ਦਿਨ ਵੀ ਵਾਪਸ ਆ ਜਾਂਦੇ ਆ। ਕੀ ਆ ਜੂਗਾ ਯਾਰ,
ਤੇ ਇਹ ਵੀਡੀਓ ਤਾਂ ਹੁਣ ਇੱਥੇ ਐਂਡ ਕਰ ਦਿੰਦੇ ਹਾਂ। ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਆਪਣੇ ਚੈਨਲ ਨੂੰ ਯਾਰ ਜ਼ਰੂਰ ਬਈ ਸਬਸਕ੍ਰਾਈਬ ਕਰ ਲਿਓ। ਅਤੇ ਜੋ ਬਈ ਆਪਣਾ ਕਬੂਤਰਾਂ ਦਾ ਬੱਚਾ ਨਹੀਂ ਵਾਪਸ ਆਇਆ, ਤੁਸੀਂ ਬਈ ਬਲੌਗ ਦਾ ਹੁਣ ਸਾਰਾ ਬਲੌਗ ਦੇਖਿਆ, ਹੁਣ ਤੁਸੀਂ ਦੁਆ ਵੀ ਕਰੋ ਯਾਰ। ਕੀ ਪਤਾ ਅਗਲਾ ਜਦੋਂ ਮੈਂ ਬਲੌਗ ਬਣਾਊਂਗਾ ਨਾ, ਉਹਦੇ ਵਿੱਚ ਮੈਂ ਤੁਹਾਨੂੰ ਖੁਸ਼ਖਬਰੀ ਇਹ ਦੇਵਾਂ ਵੀ ਬਈ ਕਬੂਤਰਾਂ ਦਾ ਬੱਚਾ ਵਾਪਸ ਆ ਗਿਆ। ਜੇ ਤੁਸੀਂ ਦੁਆ ਕਰੇਂਗੇ ਨਾ, ਆ ਜੂਗਾ ਯਾਰ, ਜ਼ਰੂਰ ਵਾਪਸ ਆ ਜੂਗਾ। ਓਕੇ ਬਾਏ ਯਾਰ। ਹਾਂ ਟਰਕੀ, ਤੈਨੂੰ ਕੀ ਹੋਇਆ?